ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਹੋਏ ਧਮਾਕਿਆਂ ਨੂੰ ਲੈ ਕੇ ਕੁਝ ਅਹਿਮ ਖੁਲਾਸੇ ਹੋਏ ਨੇ। 5 ਜਾਣਿਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ। ਤੁਹਾਨੂੰ ਦੱਸਦੇ ਹਾਂ ਕਿ ਕੌਣ ਸੀ ਇਹਨਾਂ ਧਮਾਕਿਆਂ ਦੇ ਪਿੱਛੇ ਅਤੇ ਕੀ ਕਾਰਨ ਸੀ ਉਹਨਾਂ ਦੁਆਰਾ ਇਹਨਾਂ ਧਮਾਕਿਆਂ ਨੂੰ ਕਰਨ ਦਾ। ਪੁਲਿਸ ਨੇ ਇਹਨਾਂ ਧਮਾਕਿਆਂ ਦੀ ਜਾਂਚ ਕਰਦਿਆਂ 5 ਜਾਣਿਆਂ ਦੀ ਗ੍ਰਿਫਤਾਰੀ ਕੀਤੀ। ਉਹਨਾਂ ਵਿੱਚੋਂ ਅਮਰੀਕ ਸਿੰਘ, ਜੋ ਕਿ ਗੁਰਦਾਸਪੁਰ ਦੇ ਪਿੰਡ ਆਦੀਆਂ ਦਾ ਰਹਿਣ ਵਾਲਾ ਸੀ, ਕਿ ਇਹ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਛੱਡ ਗੁਜਰਾਤ ਵਿੱਚ ਰਹਿ ਰਿਹਾ ਸੀ। ਪਿਛਲੇ ਕੁਝ ਸਮੇਂ ਪਹਿਲਾਂ ਹੀ ਇਹਨੇ ਲਵ ਮੈਰਿਜ ਕਰਵਾਈ ਸੀ ਅਤੇ ਘਰ ਤੋਂ ਬਾਹਰ ਹੀ ਰਹਿ ਰਿਹਾ ਸੀ। ਮਾੜੀ ਸੰਗਤ ਕਾਰਨ ਇਸ ਦਾ ਘਰਦਿਆਂ ਨਾਲ ਕੋਈ ਖਾਸ ਵਾਸਤਾ ਨਹੀਂ ਸੀ, ਕੋਈ ਖਾਸ ਮਿਲਵਰਤਨ ਨਹੀਂ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਇਸੇ ਸਾਲ ਆਖਰੀ ਵਾਰੇ ਫਰਵਰੀ ਵਿੱਚ ਹੀ ਆਪਣੇ ਪਿੰਡ 'ਤੇ ਹੋ ਕੇ ਗਿਆ ਸੀ। ਗੁਰਦਾਸਪੁਰ ਤੋਂ ਧਮਾਕਿਆਂ ਕਰਨ ਦੇ ਦੋਸ਼ ਵਿੱਚ ਫੜੇ ਗਏ ਅਮਰੀਕ ਸਿੰਘ ਦੇ ਪਰਿਵਾਰ ਦੇ ਕੁਝ ਮੈਂਬਰ ਸਾਹਮਣੇ ਆਏ ਨੇ। ਉਹਨਾਂ ਨੇ ਅਮਰੀਕ ਸਿੰਘ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨ ਕੁਝ ਦਿਨਾਂ ਅੰਦਰ ਹੀ ਦਰਬਾਰ ਸਾਹਿਬ ਦੇ ਨੇੜੇ 3 ਧਮਾਕੇ ਹੋ ਚੁੱਕੇ ਨੇ। CCTV ਦੀਆਂ ਕੁਝ ਵੀਡੀਓ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ਤੋਂ ਬਾਅਦ ਇਹਨਾਂ ਦੀ ਪਹਿਚਾਣ ਕੀਤੀ ਗਈ ਅਤੇ ਜਿਸ ਤੋਂ ਬਾਅਦ 5 ਜਾਣਿਆਂ ਦੀ ਗ੍ਰਿਫਤਾਰੀ ਕੀਤੀ ਗਈ, ਜਿਸ ਵਿੱਚ ਇਹਨਾਂ ਕੋਲੋਂ ਹੋਰ ਵੀ ਸਮੱਗਰੀ ਫੜੀ ਗਈ। ਇਹਨਾਂ ਨੇ ਇਹ ਧਮਾਕੇ ਕਿਉਂ ਕੀਤੇ ਅਤੇ ਕਿਸ ਦੇ ਕਹਿਣ 'ਤੇ ਕੀਤੇ, ਇਸ ਬਾਰੇ ਅਜੇ ਇਨਵੈਸਟੀਗੇਸ਼ਨ ਜਾਰੀ ਹੈ। ਪੁਲਿਸ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਹ ਧਮਾਕੇ ਅਮਰੀਕ ਸਿੰਘ ਅਤੇ ਬਾਕੀ ਸਾਥੀਆਂ ਨੇ ਮਿਲ ਕੇ ਕੀਤੇ। ਆਓ ਸੁਣਦੇ ਹਾਂ ਪੁਲਿਸ ਨੇ ਪ੍ਰੈਸ ਕਾਨਫਰੰਸ ਵਿੱਚ ਇਹਨਾਂ ਧਮਾਕਿਆਂ ਬਾਰੇ ਹੋਰ ਕੀ ਖੁਲਾਸੇ ਕੀਤੇ। 1 ਕਿਲੋ 100 ਗ੍ਰਾਮ 1.1 ਕੇਜੀ ਐਕਸਪਲੋਸਿਵ ਜਿਹੜਾ ਰਿਮਾਈਂਡਰ ਸੀਗਾ ਉਹ ਰਿਕਵਰ ਹੋਇਆ ਅਤੇ ਇਸਦੇ ਵਿੱਚ ਮੈਂ ਰਿਕਾਰਡ 'ਤੇ ਪਲੇਸ ਕਰਨਾ ਚਾਹਾਂਗਾ SGPC ਟਾਸਕ ਫੋਰਸ ਅਤੇ SGPC ਦਾ ਸਹਿਯੋਗ ਅਤੇ SGPC ਦੇ ਪ੍ਰਧਾਨ ਜੀ ਨੂੰ ਮੈਂ ਫੋਨ ਕਰਕੇ ਧੰਨਵਾਦ ਵੀ ਕੀਤਾ ਅਤੇ ਉਹਨਾਂ ਨੇ ਬਿਲਕੁਲ ਪੁਲਿਸ ਦੇ ਨਾਲ ਮੋਢਾ ਟੂ ਮੋਢਾ ਲਾ ਕੇ ਉਹਨਾਂ ਦਾ ਜਿਹੜਾ CCTV ਸਰਵੀਲੈਂਸ ਤੋਂ ਸਾਨੂੰ ਪਹਿਲੇ ਕਲੋਜ਼ ਮਿਲੇ ਸੀਗੇ ਉਸ ਨੂੰ ਅਸੀਂ ਸੈਂਟੀਫਿਕ ਤਰੀਕੇ ਨਾਲ ਡਿਵੈਲਪ ਕੀਤਾ। ਜਿਹੜੀ ਟੈਕਨੀਕਲ ਐਨਾਲਿਸਿਸ ਦੇ ਵਿੱਚ ਜਿਹੜੇ ਟੈਲੀਫੋਨ ਦੇ ਲੋਕੇਸ਼ਨ ਵਗੈਰੇ ਹੁੰਦੇ ਆ ਉਹ ਅਸੀਂ 3 ਇੰਸੀਡੈਂਟਸ ਦੇ ਕਨਫਰਮ ਕਰ ਲਏ ਇਹਨਾਂ ਦੀ ਪ੍ਰੈਜੈਂਸ ਜਿਹੜੀ ਹੈਗੀ ਅਤੇ ਜਿਹੜਾ ਪਹਿਲਾ ਜਿਹੜੀ IED ਸੀ ਉਹ ਅਸੈਂਬਲ ਹੋਈ ਸੀਗੀ ਗੁਰੂ ਰਾਮਦਾਸ ਸਰਾਏ ਦੇ ਵਿੱਚ। ਇਸ ਦੇ ਵਿੱਚ 3 ਜਿਹੜੇ ਹੈਗੇ ਕੰਟੇਨਰ ਸੀਗੇ, 2 ਜਿਹੜੇ ਕੈਨ ਸੀਗੇ ਐਨਰਜੀ ਡਰਿੰਕ ਦੇ ਜਿਹੜੇ ਹੈਲ ਦੇ ਅਤੇ 1 ਮੈਟੈਲਿਕ ਟਿਫਿਨ ਸੀਗਾ। 3 ਕੰਟੇਨਰਸ ਦੇ ਵਿੱਚ ਤਕਰੀਬਨ 200 ਗ੍ਰਾਮ ਐਕਸਪਲੋਸਿਵ ਸੀ ਜਿਹੜਾ ਫਾਇਰ ਕਰੈਕਰਸ ਬਣਾਉਣ ਨੂੰ ਯੂਜ਼ ਕੀਤਾ ਜਾਂਦਾ ਹੈ ਉਸਦੇ ਵਿੱਚ ਪਲੇਸ ਕਰਕੇ ਇੱਕ ਪੋਲੀਥੀਨ ਬੈਗ ਦੇ ਵਿੱਚ 3 ਕੰਟੇਨਰ ਪਲੇਸ ਕੀਤੇ ਗਏ ਸੀਗੇ ਅਤੇ ਜਿਹੜੀ ਪਾਰਕਿੰਗ ਹੈਗੀ ਹੈਰੀਟੇਜ ਪਾਰਕਿੰਗ ਬਿਲਡਿੰਗ ਉਹਦੇ ਰੂਫ ਟੋਪ 'ਤੇ ਆਜ਼ਾਦ ਵੀਰ ਨੇ ਇਕੱਲੇ ਜਾ ਕੇ ਉੱਥੋਂ ਰੋਪ ਡੈਂਗਲ ਕਰਤੀ ਸੀਗੀ ਅਤੇ ਉਸ ਤੋਂ ਬਾਅਦ ਇਹ 6 ਮਈ ਨੂੰ 11:25 PM 'ਤੇ ਐਕਸਪਲੋਜਨ ਹੋਇਆ ਸੀ। ਆਜ਼ਾਦ ਵੀਰ ਅਤੇ ਇਹਨਾਂ ਇਸ ਮੋਡਿਊਲ ਨੂੰ ਇਹ ਲੱਗਿਆ ਸੀਗਾ ਕਿ ਸਾਡੇ ਇਸ ਐਕਸ਼ਨ ਦਾ ਇੰਪੈਕਟ ਨਹੀਂ ਹੋਇਆ, ਦੇਅਰਫੋਰ ਇਹ ਦੂਜਾ ਐਕਸਪਲੋਸਿਵ ਜਿਹਦੇ ਵਿੱਚ 2 ਮੈਟੈਲਿਕ ਕੌਲੀਆਂ ਸੀ। ਵੀ ਵਿਲ ਬੀ ਰਿਲੀਜ਼ਿੰਗ ਸਮ ਪਿਕਚਰਸ ਅਤੇ ਇਨਫੈਕਟ ਇਹਨਾਂ ਦੇ ਹਾਲੇ ਵੀ ਵਿਲ ਬੀ ਐਗਜ਼ਾਮਿਨਿੰਗ ਦੇ ਟੈਲੀਫੋਨਸ ਐਂਡ ਅਦਰ ਡਿਵਾਈਸਿਸ ਸੀਜ਼ ਅਤੇ ਇਹਨਾਂ ਦੇ ਟੈਲੀਫੋਨ 'ਤੇ ਉਹ ਪਿਕ ਰਿਲੀਜ਼ ਹੋਈ ਜਿਹਦੇ ਵਿੱਚ ਉਹ ਮੈਟੈਲਿਕ ਕੌਲੀਆਂ ਹੈਗੀਆਂ ਜਿਹਨਾਂ ਨੂੰ ਜੋੜ ਕੇ ਉਹਦੇ ਵਿੱਚ ਐਕਸਪਲੋਜਨ ਜਿਹੜਾ ਸੈਕਿੰਡ ਜਿਹੜਾ ਸੀ ਇਹ ਜਿਹੜਾ ਇਹ ਵੀ ਉੱਥੇ ਹੀ ਗੁਰੂ ਰਾਮਦਾਸ ਸਰਾਏ ਦੇ ਬਾਥਰੂਮ ਦੇ ਵਿੱਚ ਅਸੈਂਬਲ ਹੋਇਆ ਸੀਗਾ ਤਕਰੀਬਨ 10:30 ਵਜੇ ਰਾਤ 7 ਮਈ ਨੂੰ ਅਤੇ ਸਵੇਰੇ ਅਰਲੀ ਮਾਰਨਿੰਗ ਜਿਹੜਾ ਇਹਨੇ ਜਾ ਕੇ 4 ਵਜੇ ਦੇ ਕਰੀਬ IED ਉੱਥੋਂ ਹੈਂਗ ਕਰਤਾ ਸੀ ਜਿਹੜਾ 6:15 ਐਕਸਪਲੋਜਨ ਹੋਇਆ ਸੀਗਾ। ਜਿਹੜਾ 3rd ਐਕਸਪਲੋਜਨ ਸੀਗਾ ਇਸ ਰਾਤ ਹੀ ਹੋਇਆ ਸੀਗਾ 12:10 ਅਤੇ ਉਸਦੇ ਬਾਅਦ CCTV ਤੋਂ ਸਾਨੂੰ ਲਾਈਵ ਜਿਹੜੀ ਇਹਨਾਂ ਦੀ ਫੁਟੇਜ ਮਿਲੀ ਉਸਨੂੰ ਟਰੈਕ ਕੀਤਾ ਗਿਆ ਅਤੇ SGPC ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਅਤੇ ਇਸ ਦੇ ਵਿੱਚ ਅਸੀਂ ਪੂਰੀ ਇਨਡੈਪਥ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਾਂਗੇ। ਫੋਰੈਂਸਿਕ ਟੀਮਸ ਦੀ ਹੈਲਪ ਲੈ ਕੇ ਦੂਜੀ ਏਜੰਸੀਜ਼ ਦੀ ਵੀ ਹੈਲਪ ਅਸੀਂ ਲੈ ਰਹੇ ਹੈਗੇ ਅਤੇ ਇਹਨਾਂ ਦੇ ਡਿਵਾਈਸਿਸ ਐਗਜ਼ਾਮਿਨ ਕਰਕੇ ਅਸੀਂ ਇਸ ਪੂਰੀ ਇਨਡੈਪਥ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਦੇ ਕਿਨ ਕਿਨ ਲੋਕਾਂ ਨਾਲ ਲਿੰਕ ਸੀਗੇ, ਇਹਨਾਂ ਦੇ ਐਸੋਸੀਏਟਸ ਕਿਹੜੇ ਸੀਗੇ ਇੰਡੀਆ ਐਂਡ ਅਬਰੋਡ, ਐਂਡ ਵੀ ਵਿਲ ਅਨਵੇਲ ਦੀ ਐਂਟਾਇਰ ਕੋਨਸਪਿਰੇਸੀ ਬਿਹਾਈਂਡ ਦਿਸ ਇੰਸੀਡੈਂਟ। ਅਤੇ ਇਹ ਪਹਿਲਾ ਬ੍ਰੇਕ ਥਰੂ ਹੈਗਾ, 5 ਗ੍ਰਿਫਤਾਰੀਆਂ ਹੋਈਆਂ। ਮੈਂ SCP ਸਾਹਿਬ ਨੂੰ ਕਿਹਾ ਸੀਗਾ ਕਿ ਇੱਕ SIT ਬਣਾ ਕੇ SIT ਇਸ ਨੂੰ ਇਨਵੈਸਟੀਗੇਟ ਕਰੇਗੀ। ਇਹ ਪੰਜਾਬ ਪੁਲਿਸ ਨੇ ਇਹ ਅੰਮ੍ਰਿਤਸਰ ਮੇਂ ਜੋ ਹਾਲ ਕੇ ਦਿਨੋਂ ਮੇਂ ਜੋ 3 ਲੋ ਇੰਟੈਂਸਿਟੀ ਐਕਸਪਲੋ